ਬਿਸਮਿਲ੍ਲਾਹਿਰਰਹਮਾਨਿਰਰਹੀਮ, ਅਸਲਾਮ ਵਾਲੇਕਮ। ਤੇ ਕੀ ਹਾਲ ਚਾਲ? ਅੱਲਾ ਪਾਕ ਦਾ ਲੱਖ ਲੱਖ ਕਰੋੜ ਦਾ ਸ਼ੁਕਰ ਅਦਾ ਕਰਦੇ ਹਾਂ, ਸਭ ਵਧੀਆ ਵਾ। ਉਮੀਦ ਕਰਦੇ ਹਾਂ ਕਿ ਤੁਸੀਂ ਵਧੀਆ ਹੋਵੋਗੇ। ਅੱਜ ਦੇ ਵਲੋਗ ਦਾ ਆਗਾਜ਼ ਕਰਦੇ ਹਾਂ। ਅੱਜ ਮਾਸ਼ਾਅੱਲਾ ਮਾਸ਼ਾਅੱਲਾ ਇਹਦਾ ਤੀਸਰਾ ਦਿਨ ਆ। ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਕਮੈਂਟ ਕੀਤੇ ਨੇ, ਬਹੁਤ ਬਹੁਤ ਸ਼ੁਕਰੀਆ। ਮੈਂ ਕਮੈਂਟਾਂ ਦਾ ਜਵਾਬ ਅਜੇ ਨਹੀਂ ਦੇ ਸਕੀ, ਮੈਂ ਥੋੜੀ ਦੇਰ ਬਾਅਦ ਕਮੈਂਟ ਪੜ੍ਹ ਲਏ ਸੀਗੇ, ਮੈਂ ਜਵਾਬ ਨਹੀਂ ਦਿੱਤਾ। ਮੈਂ ਜਵਾਬ ਦੂੰਗੀ ਤੁਹਾਨੂੰ ਭਾਈ। ਅੱਜ ਨਾ ਬਹੁਤ ਜ਼ਿਆਦਾ ਗਰਮੀ ਵੀ ਪੈਣ ਦਈ ਆ। ਜੰਨਤ ਲੋ ਜੀ, ਹੁਣ ਨਲਕੀ ਚੁੱਕ ਲਿਆਈ ਹੱਲ, ਜੰਨਤ ਦੇ ਉਲਟੇ ਹੀ ਕੰਮ ਆ। ਨਲਕੀ ਲਵੇਟ ਕੇ ਨਾ ਲੈ ਗਈ, ਬੈਠ ਜਾ। ਹਾਂ, ਇਹ ਦੇਖੋ ਧਾਗਾ ਗਲੇ ਮੇ ਵੀ ਫਿਸ ਸਕਤਾ ਹੈ, ਛੋੜ ਦੋ। ਇਹ ਦੇਖੋ ਗੋਸ਼ਤ, ਦੋ ਦਿਨ ਗੋਸ਼ਤ ਖਾਧਾ ਤੇ ਬਸ ਹੋ ਗਈ, ਬਸ ਹੋ ਗਈ, ਬਸ ਹੋ ਗਈ। ਬਿਲਕੁਲ ਨੀ ਖਾਣਾ, ਬਿਲਕੁਲ ਨੀ ਖਾਣਾ, ਕਿਉਂਕਿ ਇੰਨੀ ਜ਼ਿਆਦਾ ਗਰਮੀ ਲੱਗਣ ਦੀ। ਇੱਕ ਤੇ ਕੱਲ ਤੁਹਾਨੂੰ ਪਤਾ ਗਰਮੀ, ਸ਼ਦੀਦ ਗਰਮੀ ਸੀ, ਈਦ ਦੇ ਪਹਿਲੇ ਦਿਨ, ਈਦ ਦੇ ਦੂਸਰੇ ਦਿਨ ਤੇ ਤੀਸਰੇ ਦਿਨ ਵੀ ਖੂਬ ਗਰਮੀ ਆ। ਦੁਆ ਕਰੋ ਅੱਲਾ ਪਾਕ ਬਾਰਿਸ਼ਾਂ ਪੈ ਜਾਣ। ਅੱਲਾ ਪਾਕ ਦੇ ਅੱਗੇ ਦੁਆ ਕਰੋ ਕਿ ਅੱਲਾ ਸੋਹਣਿਆ ਬਾਰਿਸ਼ ਪਾ ਦੇ, ਬਾਰਿਸ਼ ਪਾ ਦੇ ਰਹਿਮਤ ਦੀ। ਖੁਰੇ 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 ਰਹਿਮਤ ਦੀ ਬਾਰਿਸ਼ ਪੈ ਜਾਵੇ, ਕਿਉਂਕਿ ਬਹੁਤ ਗਰਮੀ ਆ ਤੇ ਗੋਸ਼ਤ ਉੱਪਰੋਂ ਖਾ ਲਿਆ, ਉੱਪਰੋਂ ਜ਼ਿਆਦਾ ਗਰਮੀ ਲੱਗਣ ਦੀ ਆ। ਤੇ ਆਪਾਂ ਸੋਚਿਆ ਕਿ ਅੱਜ ਨਾ ਠੰਡਾ ਠੰਡਾ ਫਾਲਸੇ ਦਾ ਜੂਸ ਬਣਾਈਏ, ਜਿਹੜਾ ਸਾਡੀ ਗਰਮੀ ਨੂੰ ਕੰਮ ਕਰੇ। ਤੇ ਆਪਾਂ ਬਣਾਉਣ ਲੱਗੇ ਹਾਂ ਫਾਲਸੇ ਦਾ ਜੂਸ। ਤੇ ਮੈਂ ਕਿਹਾ ਮੈਂ ਆਪਣੇ ਭੈਣ ਭਰਾਵਾਂ ਨਾਲ ਵੀ ਸ਼ੇਅਰ ਕਰਦੀ ਹਾਂ, ਕਿਉਂਕਿ ਉਹਨਾਂ ਦੀ ਵੀ ਗਰਮੀ ਘੱਟ ਹੋਵੇ। ਤੇ ਆਪਾਂ ਹੁਣ ਬਣਾਈਏ ਫਾਲਸੇ ਦਾ ਜੂਸ। ਤੇ ਜੂਸ ਬਣਾਉਣ ਲੱਗੇ ਆ, ਇੱਕ ਗੱਲ ਤਾਂ ਦੱਸਾਂ, ਅੱਜ ਸ਼ਾਮਾਂ ਲੈਣੇ ਸਾਡਿਆਂ ਨੇ ਕੀਤੀਆਂ ਕੁਰਬਾਨੀਆਂ, ਮਾਸ਼ਾਅੱਲਾ। ਅੱਲਾ ਉਹ ਹੋਰ ਉਹਨਾਂ ਨੂੰ ਦੇਵੇ, ਜ਼ਿਆਦਾ ਤੋਂ ਜ਼ਿਆਦਾ ਦੇਣ। ਲੇਕਿਨ ਸਾਰਾ ਗੰਦ ਨਾ ਸਾਡੇ ਦਰਵਾਜ਼ੇ ਮੂਹਰੇ ਲਾਤਾ। ਇਹ ਦੱਸੋ ਇਨਸਾਨੀਅਤ ਹੈਗੀ ਹੈ ਕਿ ਨਹੀਂ ਇਨਸਾਨ ਚ? ਗੰਦ ਲਾਤਾ, ਹੁਣ ਮੈਂ ਕਵਾਂ ਉਹਨਾਂ ਨੂੰ ਤੇ ਅੱਗੋਂ ਮੇਰੇ ਨਾਲ ਬੋਲਣ, ਪੈਂਗੜਨ ਤੇ ਲੜਾਈ ਹੋ ਪਈ। ਤੁਹਾਨੂੰ ਪਤਾ ਗਰਮ ਗੋਸ਼ਤ ਖਾਧਾ ਹੁੰਦਾ, ਗਰਮ ਗੋਸ਼ਤ ਦੀ ਵਜ੍ਹਾ ਤੋਂ ਬੀਪੀ ਤੇਜ਼ ਹੋ ਜਾਂਦਾ। ਤੇ ਮੈਂ ਉਹਨਾਂ ਦੀ ਕੰਟੀ ਨਹੀਂ ਬਚਾਉਣਾ ਚਾਹੁੰਦੀ ਕਿ ਮੇਰਾ ਵੀ ਬਲੱਡ ਅੱਗੋਂ ਹਾਈ ਹੋ ਜਾਵੇ ਤੇ ਅੱਗੋਂ ਉਹਨਾਂ ਦਾ ਵੀ ਹੋ ਜਾਵੇ, ਹੋ ਪਈ ਲੜਾਈ। ਤੇ ਮੈਂ ਸੱਚੀ ਬਰਦਾਸ਼ਤ ਹੀ ਕਰਨ ਦਈ ਆ। ਉੱਥੋਂ ਇੰਨੀ ਸਮੈਲ ਆਉਂਦੀ ਸਾਡੇ ਅੰਦਰ, ਤੁਸੀਂ ਸੋਚ ਨਹੀਂ ਸਕਦੇ ਜਿੰਨੀ ਸਾਡੇ ਅੰਦਰ ਸਮੈਲ ਆਉਂਦੀ। ਉੱਥੋਂ ਛੋਟਾ ਜਿੰਨਾ ਸਾਡਾ ਘਰ, ਅਸੀਂ ਗੇਟ ਦੇ ਮੂਹਰੇ ਤੇ ਮੰਜੀ ਡਾਈ ਹੁੰਦੀ ਆ, ਤੇ ਉੱਥੋਂ ਹੀ ਫਿਰ ਸਮੈਲ ਆਉਣੀ। ਤੁਹਾਨੂੰ ਪਤਾ ਖੂਨ ਦੀ ਕਿੰਨੀ ਜ਼ਿਆਦਾ ਸਮੈਲ ਆਉਣ ਲੱਗ ਜਾਂਦੀ। ਤੇ ਸਾਰਾ ਗੰਦ ਜਿੱਦਾਂ ਜਿੱਦਾਂ ਧੁੱਪ ਵਾ ਨਾ, ਉੱਦਾਂ ਦੇ ਸਮੈਲ ਜ਼ਿਆਦਾ ਫੈਲਣ ਦਈ ਆ। ਤੇ ਸਾਰਾ ਗੰਦ ਦੇਖੋ ਸਾਡੇ ਬੂਹੇ ਮੂਹਰੇ ਲਾਤਾ। ਮੈਨੂੰ ਗੁੱਸਾ ਤਾਂ ਇੰਨਾ ਆਈ ਜਾਂਦਾ, ਲੇਕਿਨ ਮੈਂ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਕਿ ਨਹੀਂ 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 ਲੜਾਈ ਨਹੀਂ ਕਰਨੀ, ਲੜਾਈ ਨਹੀਂ ਕਰਨੀ, ਕਿਉਂਕਿ ਈਦ ਦਾ ਦਿਨ ਆ। ਮਾਸ਼ਾਅੱਲਾ ਕੁਰਬਾਨੀ ਕੁਰਬਾਨੀ ਕੀਤੀ ਹੈ ਵੀ ਬੜੀ ਖੁਸ਼ੀ ਦਾ ਦਿਨ ਆ। ਮੈਂ ਤੇ ਉਹਨਾਂ ਵਾਸਤੇ ਦੁਆ ਕਰਦੀ ਹਾਂ ਕਿ ਅੱਲਾ ਤਾਲਾ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੁਰਬਾਨੀਆਂ ਦੇਵੇ, ਅੱਲਾ ਤਾਲਾ ਉਹਨਾਂ ਨੂੰ ਹਦਾਇਤ ਦੇਵੇ ਤੇ ਬੂਹੇ ਮੂਹਰੇ ਗੰਦ ਚੁੱਕ ਲਓ। ਲੇਕਿਨ ਉਹ ਹੈਗੇ ਬਹੁਤ ਅੱਛੇ ਇਨਸਾਨ ਆ, ਮਾਸ਼ਾਅੱਲਾ ਸਾਡੇ ਸਾਹਮਣੇ ਰਹਿੰਦੇ ਆ, ਨਾ ਕਿਸੇ ਨਾਲ ਉੱਚੀ ਆਵਾਜ਼ ਨਾਲ ਗੱਲ ਕਰਦੇ ਆ, ਸਲਾਮ ਦੁਆ ਲੈ ਕੇ ਹਰ ਕਿਸੇ ਨਾਲ ਲੰਘਦੇ ਆ। ਬਹੁਤ ਹੀ ਨਾਈਸ ਇਨਸਾਨ ਆ। ਤੇ ਮੈਂ ਉਹਨਾਂ ਨੂੰ ਇਸ ਲਈ ਕਹਿ ਰਹੀ ਹਾਂ ਕਿ ਮਿਹਰਬਾਨੀ ਕਰਕੇ ਅਗਰ ਉਹ ਮੇਰੀ ਵੀਡੀਓ ਦੇਖਦੇ ਆ ਤੇ ਕੂੜਾ ਚੁੱਕ ਲੈ, ਕੂੜਾ ਨੀ ਉਹ ਜਿਹੜਾ ਚਿਚੜੇ ਚੁਚੜੇ ਆ, ਚਰਬੀ ਚੁਰਬੀ, ਉਹ ਚੁੱਕ ਲੈਣ। ਤੁਹਾਨੂੰ ਪਤਾ ਚਰਬੀ ਦੀ ਕਿੰਨੀ ਸਮੈਲ ਹੁੰਦੀ ਆ, ਤੇ ਮਿਹਰਬਾਨੀ ਕਰਕੇ ਚੁੱਕ ਲੈਣ, ਕਿਉਂਕਿ ਉਹਨਾਂ ਦੇ ਜਿਹੜਾ ਜ਼ੋਰ ਲੱਗਣਾ, ਉਹਨਾਂ ਨੇ ਇੱਕ ਕਾਲ ਮਾਰਨੀ ਉਸੇ ਟਾਈਮ। ਜਮਾਦਾਰ ਨੀ ਆਏ ਨਾ ਸਾਡੇ ਵਰਗਿਆਂ ਨੇ ਮਿੰਤਾ ਤਰਲੇ ਕਰਕੇ ਲਿਆਉਣਾ ਹੁੰਦਾ, ਉਹਨਾਂ ਤੇ ਕਾਲ ਮਾਰਨੀ ਫੌਰਨ ਆਏ ਨਾ। ਅੱਲਾ ਦਾ ਦਿੱਤਾ ਉਹਨਾਂ ਕੋਲ ਬਹੁਤ ਕੁਛ ਆ, ਅੱਲਾ ਉਹਨਾਂ ਨੂੰ ਜ਼ਿਆਦਾ ਦੇਵੇ, ਆਮੀਨ। ਤੇ ਹੁਣ ਆਪਾਂ ਨਾ ਕਰੀਏ ਆਪਣਾ ਕੰਮ ਸਟਾਰਟ। ਆ ਭਾਈ ਆਪਣੇ ਕੋਲ ਫਾਲਸਾ ਵਾ, ਆ ਵਾ ਸਾਡਾ ਫਾਲਸਾ।
ਬੋਲ ਭਰਿਆ ਸੀ ਜਿਹੜਾ ਬੱਚਿਆਂ ਨੇ ਖਾ ਲਿਆ ਵਾ, ਤੇ ਹੁਣ ਇੰਨਾ ਕੁ ਰਹਿ ਗਿਆ, ਮੈਂ ਕਿਹਾ ਜੂਸ ਬਣਾ ਲਈਏ। ਆਪਾਂ ਹੁਣ ਇਹਦੇ ਵਿੱਚ ਜੱਗ ਦੇ ਵਿੱਚ ਪਾ ਲਈਏ ਫਾਲਸਾ। ਤੇ ਹੁਣ ਆਪਾਂ ਪਾ ਲਈਏ ਚੀਨੀ। ਚੀਨੀ ਆਪਾਂ ਇੱਕ ਕਟੋਰੀ ਪਾ ਲੈਂਦੇ ਹਾਂ ਨਾ। ਹੁਣ ਕਾਲਾ ਨਮਕ ਪਾ ਲਈਏ ਆਪਾਂ, ਨਾ ਕਰੋ ਜੰਨਤ। ਕਾਲਾ ਨਮਕ ਪਾ ਲਿਆ, ਹੁਣ ਆਪਾਂ ਇਹਦੇ ਵਿੱਚ ਪਾ ਲਈਏ ਪਾਣੀ। ਤੇ ਪਾਣੀ ਫਰਿੱਜ ਚ ਗੋਸ਼ਤ ਵੀ ਪਿਆ ਵਾ ਤੇ ਪਾਣੀ ਵੀ, ਕੋਲਾ ਇੱਕ ਰੱਖਿਆ ਵਾ, ਮੈਂ ਕੱਢ ਲਾ। ਪਾਣੀ ਪਾ ਲਈ ਆਪਾਂ, ਹਾਂ ਹੁਣ ਆਪਾਂ ਪੂਰਾ ਪੂਰਾ ਪਾਣੀ ਪਾ ਲਿਆ। ਯੱਖ ਠੰਡਾ, ਜਿਹੜੀ ਬਰਫ਼ ਆ ਬਾਅਦ ਚ ਅਗਰ ਨਾ ਠੰਡਾ ਹੋਇਆ ਫਿਰ ਆਪਾਂ ਪਾ ਲਾਂਗੇ, ਅਗਰ ਯੱਖ ਠੰਡਾ ਹੋਇਆ ਫਿਰ ਜ਼ਰੂਰੀ ਪਾਣੀ ਹੈ। ਤੇ ਹੁਣ ਆਪਾਂ ਇਹਨੂੰ ਕਰ ਲਈਏ ਗਰੈਂਡਰ। ਆਪਾਂ ਇਹਨੂੰ ਮਸ਼ੀਨ ਤੇ ਰੱਖ ਕੇ ਤੇ ਲਾਈਏ ਜੱਗ ਨੂੰ ਰਗੜਾ, ਤੇ ਹੁਣ ਲਾਈਏ ਇਹਦਾ ਸੁੱਚ। ਬਿਸਮਿਲ੍ਲਾ, ਹੁਣ ਆਪਾਂ ਇਹਨੂੰ ਲਾਈਏ ਰਗੜਾ। ਜੂਸ ਆਪਣਾ ਹੋ ਗਿਆ ਵਾ ਤਿਆਰ, ਤੇ ਹੁਣ ਆਪਾਂ ਇਹਨੂੰ ਦੇਖੀਏ। ਜੂਸ ਆਪਣਾ ਹੋ ਗਿਆ ਵਾ ਤਿਆਰ, ਹੁਣ ਆਪਾਂ ਜੱਗ ਦੇ ਵਿੱਚ ਉੱਪਰ ਰੱਖ ਲਈ ਆ ਪੋਨੀ, ਤੇ ਇਹਨੂੰ ਆਪਾਂ ਛਾਣ ਲਈਏ ਹੁਣ। ਇਹ ਪਾਣੀ ਦੇ ਕੂਲਰ ਚ ਆ ਜਿਹੜਾ ਮੱਗਾ, ਇਹਦਾ ਫੇਰ ਇੱਕ ਦਫਾ ਰਗੜਾ ਲਾ ਲੈਂਦੇ ਹਾਂ, ਕਿਉਂਕਿ ਜਿਹੜਾ ਗੂਡਾ ਜਿਹਾ ਨਿਕਲਿਆ ਨਾ, ਇਹਨੂੰ ਇਹਦੇ ਚ ਪਾਉਂਦੇ ਹਾਂ ਆਪਾਂ। ਆ ਇੱਕ ਮੱਗਾ ਪਾਣੀ ਦਾ ਪਾ ਕੇ ਇਹਨੂੰ ਰਗੜਾ ਲਾਉਂਦੇ ਹਾਂ। ਇਹਨੂੰ ਫੇਰ ਪੁਣ ਲਈਏ ਆਪਾਂ, ਕਿਉਂਕਿ ਇਹ ਗੂਡੇ ਦੇ ਵਿੱਚ ਅਸਰ ਸੀਗਾ। ਮੈਂ ਕਿਹਾ ਚਲੋ ਅਸੀਂ ਫੇਰ ਇੱਕ ਦਫਾ ਲਾ ਲਈਏ ਰਗੜਾ, ਤੇ ਅੱਛੇ ਤਰੀਕੇ ਨਾਲ ਨਿਕਲ ਜਾਏ ਇਹਦਾ ਜੂਸ। ਇੰਨਾ ਮਹਿੰਗਾ ਤਾਂ ਫਾਲਸਾ ਕਰਤਾ, ਕਿਤੇ 100 ਰੁਪਏ ਕਿਲੋ ਸੀ, 180 ਰੁਪਏ ਕਿਲੋ, ਤੇ ਅੱਜ ਇੰਨਾ ਮਹਿੰਗਾ ਦਿੱਤਾ। ਅੰਦਰਲਾ ਪੱਖਾ ਬੰਦ ਕਰਕੇ ਆ, ਅੱਗੇ ਬਿੱਲ ਇੰਨਾ ਆ ਗਿਆ ਵਾ, ਕੁਛ ਵੀ ਨੀ ਸਾਡੇ ਚੱਲਦਾ, 1-2 ਪੱਖੇ ਚੱਲਦੇ ਤੇ ਟੁੱਟ ਪੈਣੇ ਨੇ। ਇੰਨਾ ਬਿੱਲ ਭੇਜ ਦਿੱਤਾ, 9,660 ਰੁਪਈਏ ਬਿੱਲ ਭੇਜ ਦਿੱਤਾ। ਵੀ ਕਰਨ ਵਾਲੀ ਗੱਲ ਕਰੋ, ਕੀ ਇੱਥੇ ਸਾਡੇ ਘਰ ਚੱਲਦਾ? ਬਸ ਕੀ ਦੱਸੀਏ, ਜੇ ਹੁਣ ਬੱਕਰਾ ਹੁੰਦਾ ਨਾ, ਵੇਸਟ ਨੀ ਸੀ ਹੋਣਾ ਸਾਡਾ, ਅਸੀਂ ਆਪਣੇ ਬੱਕਰੇ ਨੂੰ ਪਾ ਲੈਣਾ ਸੀ। ਅਸੀਂ ਬੱਕਰਾ ਲਿਆਉਣਾ ਭਾਈ, ਸਾਡਾ ਨੀ ਦਿਲ ਲੱਗਦਾ, ਸਾਡੇ ਘਰ ਕੋਈ ਜਾਨਵਰ ਨਾ ਹੋਵੇ ਸਾਡਾ ਦਿਲ ਹੀ ਨੀ ਲੱਗਦਾ। ਜਾਨਵਰ ਨਾ, ਅਸੀਂ ਜਾਨਵਰ ਬਣੇ ਰਹਿੰਦੇ ਹਾਂ ਨਾ, ਇਸ ਕਰਕੇ ਅਸੀਂ ਕਹਿੰਦੇ ਹਾਂ ਜਾਨਵਰ ਹੁੰਦਾ ਅਸੀਂ ਵੀ ਜਾਨਵਰ ਬਣੇ ਰਹਿੰਦੇ ਹਾਂ, ਪਤਾ ਹੀ ਨੀ ਚੱਲਦਾ। ਆ ਸਾਡਾ ਜੂਸ ਤਿਆਰ ਹੋ ਗਿਆ, ਹੁਣ ਆਪਾਂ ਇਹ ਚ ਬਰਫ਼ ਪਾਉਂਦੇ ਹਾਂ ਤੋੜ ਕੇ ਜੂਸ ਚ। ਆਪਾਂ ਇਹਨੂੰ ਕੁੱਟ ਲਈਏ, ਆਪਾਂ ਹੁਣ ਇਹ ਚ ਬਰਫ਼ ਪਾ ਲਈਏ।
ਇਹਨੂੰ ਦੇ ਦੋ ਬਰਫ਼, ਆਲੂ ਦੀ ਭਾਜੀ ਤੁਸੀਂ ਘਾ ਲਓ ਭਾਜੀ। ਬਚਪਨ ਚ ਨਾ ਬੱਚੇ ਬਰਫ਼ ਵਾਲੀ ਰੇਹੜੀ ਦੇ ਪਿੱਛੇ ਵੀ ਦੌੜਦੇ ਆ, ਢੇਲੀ ਬਰਫ਼ ਵੀ ਦੇ ਦੇ ਤੇ ਆਪਣੀ ਬਰਫ਼ ਫਰਿੱਜ ਚ ਵੀ ਚੁੱਕ ਚੁੱਕ ਕੇ ਖਾਂਦੇ ਰਹਿੰਦੇ ਆ। ਇਹ ਬਚਪਨ ਦੀਆਂ ਯਾਦਾਂ ਵਾ। ਹੁਣ ਸਾਡੀ ਜੰਨਤ ਵੀ ਇੱਦਾਂ ਕਰਦੀ ਆ ਨਾ, ਅਸੀਂ ਉਹਨੂੰ ਰੋਕੀ ਜਾਣੀ ਸੀ ਕਿ ਅਸੀਂ ਵੀ ਇੱਦਾਂ ਹੀ ਕਰਦੇ ਹੁੰਦੇ ਸੀਗੇ। ਸਾਡਾ ਹੋ ਗਿਆ ਜੀ ਫਾਰਸੇ ਦਾ ਸ਼ਰਬਤ ਤਿਆਰ, ਤੇ ਆਪਾਂ ਇਹਨੂੰ ਲਾ ਲਈਏ ਫਾਂਟਾ, ਤੇ ਇੰਨਾ ਮਜ਼ੇਦਾਰ ਅੱਧਾ ਕਿਲੋ ਫਾਰਸੇ ਦਾ ਬਣਾਇਆ ਵਾ। ਮੈਂ ਅੱਧਾ ਕਿਲੋ ਫਾਰਸਾ ਲਿਆ ਸੀ, ਇੱਕ ਛੋਟੀ ਕਟੋਰੀ ਚੀਨੀ ਦੀ ਪਾਈ ਆ, ਹਸਬੇ ਜਾਕਾ ਕਾਲਾ ਨਮਕ ਪਾ ਲਿਆ ਤੇ ਬਰਫ਼ ਪਾ ਲਈ ਆ, ਯਖ ਠੰਡਾ ਕਰਕੇ ਪੀਣਾ। ਹੁਣ ਮੈਂ ਪੀ ਕੇ ਦਿਖਾਨੀ ਆ, ਫਿਰ ਮੈਨੂੰ ਠੰਡ ਜੀ ਪਊਗੀ, ਗੋਸ਼ਤ ਦਾ ਅਸਰ ਜਿਹਾ ਖਤਮ ਹੋਊਗਾ ਕਿ ਗੋਸ਼ਤ ਨੇ ਤਲਖੀ ਜੀ ਲਾਈ ਪਈ ਆ ਮੇਲਾ। ਅਏ ਦਿਲ ਨੂੰ ਠੰਡ ਪੈ ਗਈ, ਇੰਨਾ ਸਕੂਨ ਮਿਲਿਆ। ਆਲਸ ਬਹਾਨ ਜੇ ਲੋ ਜਾ ਲੋ ਸੁਭਾ ਆਲਾ, ਤੂੰ ਵੀ ਉੱਥੇ ਚੱਲ ਕੇ ਬਹਿ, ਜਾ ਉੱਥੇ ਚੱਲ ਕੇ ਬਹਿ ਤੂੰ। ਤੁਸੀਂ ਸਾਡਾ ਅੱਜ ਦਾ ਵਲੌਗ ਮਿਸ ਕਰਦੇ ਤੁਹਾਨੂੰ ਅੱਛਾ ਲੱਗਿਆ ਹੋਗਾ, ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਸਬਸਕ੍ਰਾਈਬ ਕਰਿਓ। ਅੱਲਾ ਹਾਫਿਜ਼। ਤੇ ਬੱਚਿਆਂ ਨੂੰ ਜੂਸ ਵੂਸ ਦਿੱਤਾ, ਪੀਂਦੇ ਆ, ਮੈਂ ਕਿਹਾ ਅੰਦਰੋਂ ਗਰਮੀ ਨਿਕਲੇ। ਇਹਨਾਂ ਨੂੰ ਡੇਲੀ 2 ਦਫ਼ਾ ਫਾਰਸੇ ਦਾ ਜੂਸ ਦਿਆ ਕਰਨਾ, ਫਿਰ ਬੇਸ਼ੱਕ ਕੀਮੇ ਵਾਲੀਆਂ ਟਿੱਕੀਆਂ ਕੋਫਤੇ ਖਾਈ ਜਾਣ, ਕੋਈ ਅਸਰ ਨਹੀਂ ਕਰਦੇ। ਗੋਸ਼ਤ ਖਾਣ ਤੋਂ ਬਾਅਦ ਦੀ ਰੂਟੀਨ।